ਜ਼ਿਲ੍ਹਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਨੇ ਕੀ ਕੀ ਤਿਆਰੀਆਂ ਨੇ ਨਵਾਂ ਸ਼ਹਿਰ ਜ਼ਿਲ੍ਹੇ ਦੇ ਤਿੰਨੋ ਵਿਧਾਨ ਸਭਾ ਹਲਕਾ ਬੰਗਾ ਨਵਾਂ ਸ਼ਹਿਰ ਐਂਡ ਬਲਾਚੌਰ ਦੇ ਅਸੀਂ ਆਲਰੇਡੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹੈਗੀਆਂ ਸਾਡੇ ਜਿਹੜੇ ਤਿੰਨੋਂ ਕਾਊਂਟਿੰਗ ਸੈਂਟਰ ਹੈਗੇ ਬਿਲਕੁਲ ਪ੍ਰੋਪਰਲੀ ਐਸ ਪਰ ਗਾਈਡਲਾਈਨਸ ਅਸੀਂ ਰੈਡੀ ਕਰ ਲਿੱਤੇ ਹੈਗੇ ਕੋਵਿਡ ਦੇ ਅ ਅੰਦੇਸ਼ੇ ਮੁਤਾਬਿਕ ਵੀ ਕੋਵਿਡ ਦੀ ਗਾਈਡਲਾਈਨਸ ਦੇ ਮੁਤਾਬਿਕ ਵੀ ਸਾਰੀਆਂ ਤਿਆਰੀਆਂ ਆਲਰੇਡੀ ਹੈਗੀਆਂ ਸਾਡੇ ਕਾਊਂਟਿੰਗ ਟੇਬਲ ਸਾਰੇ ਸੈਟਅਪ ਹੈਗੇ ਜਿਨੀਆ ਵੀ ਕਮਿਸ਼ਨ ਦੀ ਗਾਈਡਲਾਈਨਸ ਆ ਉਹ ਸਾਰੀਆਂ ਅਸੀਂ ਆਲਰੇਡੀ ਮੁਤਲਕ ਉਹਦੇ ਤਿਆਰੀਆਂ ਕਰਵਾ ਲਈਆਂ ਹੈਗੀਆਂ ਅ ਸਵੇਰੇ 8 ਵਜੇ ਅ ਕਾਊਂਟਿੰਗ ਸ਼ੁਰੂ ਹੋਏਗੀ ਐਂਡ ਸਟਾਰਟਿੰਗ ਜਿੱਦਾਂ ਕੀ ਕਮਿਸ਼ਨ ਦੀ ਗਾਈਡਲਾਈਨਸ ਹੈ ਕਿ ਪੋਸਟਰ ਬੈਲਟ ਦੀ ਕਾਊਂਟਿੰਗ ਹਾਫ ਐਨ ਆਰ ਚੱਲਦੀ ਐ ਐਂਡ ਉਸ ਤੋਂ ਬਾਅਦ EVM ਦੀ ਕਾਊਂਟਿੰਗ ਸਟਾਰਟ ਹੋਏਗੀ ਰਾਉਂਡ ਵਾਈਜ਼ ਜਿੱਦਾਂ ਹੀ ਰਿਜ਼ਲਟ ਆਏਗਾ ਅਸੀਂ ਨਾਲ ਦੀ ਨਾਲ ਹਰ ਮੀਡੀਆ ਸੈਂਟਰ ਦੇ ਵਿੱਚ ਵੀ ਐਂਡ ਜਿਹੜਾ ਹੈਗਾ ਕਾਊਂਟਿੰਗ ਹਾਲ ਉਹਦੇ ਵਿੱਚ ਵੀ ਡਿਸਪਲੇ ਕਰਾਂਗੇ ਇਸ ਦੇ ਨਾਲ ਨਾਲ ਅਸੀਂ ਸੀਓ ਪੰਜਾਬ ਦੀ ਵੈਬਸਾਈਟ ਤੇ ਐਂਡ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਵੈਬਸਾਈਟ 'ਤੇ ਵੀ ਹਰ ਰਾਉਂਡ ਦਾ ਰਿਜ਼ਲਟ ਜਿਹੜਾ ਹੈਗਾ ਉਹ ਵੀ ਡਿਸਪਲੇ ਕਰਾਵਾਂਗੇ ਤਾਂਕਿ ਨਾਲ ਦੀ ਨਾਲ ਅਪਡੇਟਡ ਇਨਫੋਰਮੇਸ਼ਨ ਸਾਰਿਆਂ ਨੂੰ ਮਿਲ ਸਕੇ ਅ ਜਿੰਨੇ ਵੀ ਕੈਂਡੀਡੇਟਸ ਹੈਗੇ ਆ ਉਹ ਜਿੰਨੇ ਵੀ ਇਲੈਕਸ਼ਨ 에ਜੰਟਸ ਹੈ ਉਹਨਾਂ ਸਾਰਿਆਂ ਦੇ ਆਈਡੀ ਕਾਰਡਸ ਵੀ ਅਸੀਂ ਬਣਾ ਲਿੱਤੇ ਆ ਉਹਨਾਂ ਨੂੰ ਵੀ ਸਾਰੀ ਅਦਾਇਤਾਂ ਅਸੀਂ ਦੇ ਦਿੱਤੀਆਂ ਹੈਗੀਆਂ ਕਿ ਸਵੇਰੇ ਜਦੋਂ ਕਾਊਂਟਿੰਗ ਤੋਂ ਪਹਿਲੇ ਅਸੀਂ ਸਟ੍ਰਾਂਗ ਰੂਮ ਖੋਲ੍ਹਾਂਗੇ ਤੇ ਉਹ अपनी हाज़री जरूर लगवान लगवा उ सामने अं काउंटिंग हॉल खोला ताकि वह अपना जो स्ट्रोंग रूम सील कर टाइम पोलिंग डे तो बाद आ, शामी उन्होंने जो दो सील्स लगाई हैं तो वो अपनी सील्स भी चैक कर सकते हैं कि वो इंटैक्ट है एंड उस तो बाद बादोंग रूम खोलिया जाएगा ਖੋਲ ਕੇ ਮਸ਼ੀਨਾ ਐਸ ਪਰ ਪ੍ਰੋਟੋਕਲ ਲੈ ਕੇ ਆਂਦੀਆਂ ਜਾਣਗੀਆਂ ਰਾਉਂਡ ਵਾਈਜ਼ ਮਸ਼ੀਨਾ ਲੈ ਕੇ ਆਈਆਂ ਜਾਣਗੀਆਂ ਐਂਡ ਉਸ ਦੇ ਹਿਸਾਬ ਨਾਲ ਹੀ ਉਸ ਦੀ ਕਾਊਂਟਿੰਗ ਹੋਵੇਗੀ। ਕੁੱਲ ਕਿੰਨੇ ਮੁਲਾਜ਼ਮ ਲੱਗੇ ਨੇ? ਸਾਡੇ ਹਰ ਪੋਲਿੰਗ ਸਟੇਸ਼ਨ 'ਚ ਅਰਾਊਂਡ 100 ਮੁਲਾਜ਼ਮ ਸਾਡੇ ਸਿਵਲ ਦੇ ਲੱਗੇ ਹੈ ਐਂਡ ਇਸ ਤੋਂ ਜ਼ਿਆਦਾ ਮੁਲਾਜ਼ਮ ਸਾਡੇ ਪੁਲਿਸ ਦੇ ਲੱਗੇ ਹੈ। ਤਿੰਨ ਸਰਕਲਸ ਹੋਣਗੇ ਪੂਰੇ ਸਿਕਿਉਰਿਟੀ ਅਰੇਂਜਮੈਂਟ ਦੇ ਜਿਹੜਾ ਇਨਰ ਮੋਸਟ ਪੈਰਾਮੀਟਰ ਹੈ ਜਿਹੜਾ ਕਾਊਂਟਿੰਗ ਹਾਲ ਦੇ ਬਿਲਕੁਲ ਕਲੋਸ ਵਾਲਾ ਪੈਰਾਮੀਟਰ ਹੈ ਉਹ ਸੀਏਪੀਐਫ ਜਿਹੜੀ ਸੈਂਟਰਲ ਦੀ ਆਰਮਡ ਪੁਲਿਸ ਫੋਰਸ ਹੁੰਦੀ ਹੈ ਉਹਦੇ ਥਰੂ ਉਸ ਦੀ ਪੂਰੀ ਨਿਗਰਾਨੀ ਰੱਖੀ ਜਾਵੇਗੀ ਜਿਹੜਾ ਮਿਡਲ ਪੈਰਾਮੀਟਰ ਹੈ ਉਹ ਪੰਜਾਬ ਆਰਮਡ ਪੁਲਿਸ ਪੀਏਪੀ ਵੱਲੋਂ ਕੀਤਾ ਜਾਏਗਾ ਉਹਦੀ ਨਿਗਰਾਨੀ ਰੱਖੀ ਜਾਏਗੀ ਐਂਡ ਆਊਟਰ ਪੈਰਾਮੀਟਰ ਜਿਹੜਾ ਹੈਗਾ ਉਸ ਦੀ ਨਿਗਰਾਨੀ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਕਰਨਗੇ ਜਿਹੜਾ ਕਾਊਂਟਿੰਗ ਹਾਲ ਹੈ ਉਸ ਤੋਂ ਪਹਿਲੇ 100 ਮੀਟਰ ਪਹਿਲੇ ਇੱਕ ਅਸੀਂ ਪੈਡੇਸਟਰੀਨ ਜ਼ੋਨ ਬਣਾਇਆ ਹੈ ਉਸ ਤੋਂ ਪਹਿਲੇ ਹੀ ਪਾਰਕਿੰਗ ਹੋਏਗੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਣਾ ਮੋਬਾਈਲ ਫੋਨ ਨਾਲ ਨਾਲ ਲੈ ਕੇ ਆਓ ਕਿਉਂਕਿ ਕਾਊਂਟਿੰਗ ਹਾਲ ਦੇ ਵਿੱਚ ਮੋਬਾਈਲ ਫੋਨ ਅਲਾਉਡ ਨਹੀਂ ਹੈਗਾ ਜਿਹੜੇ ਵੀ ਮੁਲਾਜ਼ਮ ਹੈਗੇ ਉਹ ਵੀ ਮੋਬਾਈਲ ਫੋਨ ਉਹਨਾਂ ਦਾ ਬਾਹਰ ਹੀ ਜਮ੍ਹਾਂ ਕਰਾਉਂਦੀ ਵੀ ਆਪਾਂ ਫੈਸਿਲਿਟੀ ਰੱਖੀ ਹੈ ਐਂਡ ਮੀਡੀਆ ਵਾਲੇ ਮੇਰੇ ਜਿਹੜੇ ਭਰਾ ਹੈਗੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਵੀ ਆਪਣਾ ਮੋਬਾਈਲ ਫੋਨ ਐਸ ਪਰ ਪ੍ਰੋਟੋਕੋਲ ਹੀ ਲੈ ਕੇ ਜਾਓ ਇਹ ਇਲੈਕਸ਼ਨ ਕਮਿਸ਼ਨ ਦੇ ਆਬਜ਼ਰਵਰ ਸਾਇਬਾਨ ਵੀ ਤਿੰਨੋਂ ਹਲਕਿਆਂ 'ਚ ਰਹਣਗੇ